بله ਸੱਭਿਆਚਾਰ ਰਸਮ ਰਿਵਾਜ ਦੀ ਜਦੋਂ ਗੱਲ ਆਉਂਦੀ ਹੈ ਤਾਂ ਪੰਜਾਬੀ ਸੱਭਿਆਚਾਰ ਦੀ ਅਮੀਰ ਵਿਰਾਸਤ ਦਾ ਉਹ ਖਜ਼ਾਨਾ ਜੋ ਅਸੀਂ ਸਾਂਭੀ ਬੈਠੇ ਹਾਂ ਆਪਣੇ ਜ਼ਹਿਨ ਦੇ ਨਾਲ ਨਾਲ ਘਰ ਦੀ ਬੈਠਕ ਦੀ ਪਰਛੱਤੀ 'ਤੇ, ਉਹ ਵਿਰਾਸਤ ਅਤੇ ਉਹ ਖਜ਼ਾਨਾ ਜੋ ਹਰ ਕੋਈ ਸਾਂਭਣਾ ਚਾਹੁੰਦਾ ਹੈ ਪਰ ਸਾਂਭ ਉਹ ਹੀ ਸਕਿਆ ਜਿਸ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਪੰਜਾਬ ਦੀ ਮਿੱਟੀ ਦੇ ਨਾਲ ਨਾਲ ਅਤੇ ਪੰਜਾਬੀ ਸੱਭਿਆਚਾਰ ਨੂੰ ਜਿਉਂਦਾ ਰੱਖਣ ਦੀ ਤਾਂਘ ਹੋਵੇ, ਚਿਣਗ ਹੋਵੇ। ਅਤੇ ਉਹ ਚਾਹੁੰਦਾ ਹੈ ਕਿ ਆਉਣ ਵਾਲੀਆਂ ਨਸਲਾਂ ਭਾਵ ਆਉਣ ਵਾਲੀਆਂ ਪੀੜ੍ਹੀਆਂ ਵੀ ਜਾਣੂ ਹੋਣ ਪੰਜਾਬ ਦੇ ਇਸ ਅਮੀਰ ਵਿਰਾਸਤ ਅਤੇ ਸਾਡੇ ਨਵੇਂ ਪ੍ਰੋਗਰਾਮ ਅਨਮੋਲ ਖਜ਼ਾਨਾ ਤੋਂ। ਪੰਜਾਬੀਅਤ ਦੀ ਤਰਜਮਾਨੀ ਕਰਦਾ ਹੋਇਆ ਪੰਜਾਬੀਆਂ ਦਾ ਵਿਰਸਾ, ਪੰਜਾਬੀਆਂ ਦੇ ਉਹ ਰੰਗ ਜੋ ਮੈਨੂੰ ਲੱਗਦਾ ਕਿ ਹੁਣ ਦੇ ਸਮੇਂ ਦੇ ਵਿੱਚ, ਅੱਜ ਦੇ ਸਮੇਂ ਦੇ ਵਿੱਚ ਅਸੀਂ ਸਾਰੇ ਆਪਣੇ ਸੱਭਿਆਚਾਰ ਤੋਂ ਦੂਰ ਜਾ ਚੁੱਕੇ ਹਾਂ, ਉਹਨਾਂ ਚੀਜ਼ਾਂ ਤੋਂ, ਉਹਨਾਂ ਰੋ ਰੀਤਾਂ ਤੋਂ, ਉਹਨਾਂ ਰਸਮਾਂ ਰਿਵਾਜ਼ਾਂ ਤੋਂ, ਉਹਨਾਂ ਤੀਜ ਤਿਉਹਾਰਾਂ ਨੂੰ ਵੀ ਭੁੱਲਦੇ ਜਾ ਰਹੇ ਹਾਂ। ਅਤੇ ਜੀ, ਇਸੇ ਕਰਕੇ ਇਸੇ ਸੰਦਰਭ ਦੇ ਵਿੱਚ, ਤਾਂ ਕਿ ਸਾਡੀ ਆਉਣ ਵਾਲੀ ਪੀੜ੍ਹੀ ਔਰ ਜਿਹੜੀ ਹੁਣ ਦੀ ਪੀੜ੍ਹੀ ਹੈ ਉਹਨਾਂ ਨੂੰ ਸਮਝ ਆ ਸਕੇ ਕਿ ਪੁਸ਼ਤਾਨ ਦੇ ਵਿੱਚ, ਮਤਲਬ ਪੁਸ਼ਤਾਨੀ ਚੀਜ਼ਾਂ ਜਿਹੜੀਆਂ ਹੁੰਦੀਆਂ ਸਨ ਸਾਡੇ ਦਾਦਿਆਂ ਪੜਦਾਦਿਆਂ ਦੇ, ਉਹ ਵਿਰਾਸਤ, ਉਹ ਵਿਰਸਾ ਕਿੱਦਾਂ ਸਾਨੂੰ ਯਾਦ ਰਹੇਗਾ ਜੇਕਰ ਅਸੀਂ ਟੀਵੀ ਦੇ ਮਾਧਿਅਮ ਜ਼ਰੀਏ ਆਪਣੇ ਬੱਚਿਆਂ ਨੂੰ, ਆਉਣ ਵਾਲੀ ਪੀੜ੍ਹੀ ਨੂੰ ਦਿਖਾਵਾਂਗੇ ਕਿ ਬਿਲਕੁਲ ਜੀ, ਇਹ ਸੀ ਸਾਡਾ ਪੰਜਾਬ, ਇਹ ਸੀ ਸਾਡੀ ਪੰਜਾਬੀਅਤ, ਔਰ ਇਹ ਸੀ ਪੰਜਾਬ ਦੇ ਉਹ ਰੰਗ ਜਿਹੜੇ ਹੁਣ ਸਾਡੇ ਤੋਂ ਕੋਹਾਂ ਦੂਰ ਜਾ ਚੁੱਕੇ ਨੇ। ਸਤਿ ਸ਼੍ਰੀ ਅਕਾਲ, ਮੈਂ ਹਰਨਦੀਪ ਕੌਰ ਲੈ ਕੇ ਹਾਜ਼ਰ ਹਾਂ ਜੀ ਇੱਕ ਅਜਿਹਾ ਪ੍ਰੋਗਰਾਮ ਜਿਹਦਾ ਅੱਜ ਪਹਿਲਾ ਐਪੀਸੋਡ ਹੈ ਔਰ ਉਹਦਾ ਨਾਮ ਹੈ ਜੀ ਅਨਮੋਲ ਖਜ਼ਾਨਾ। ਅਤੇ ਅਨਮੋਲ ਖਜ਼ਾਨਾ ਨਾਮ ਇਸ ਕਰਕੇ ਰੱਖਿਆ ਹੈ ਕਿਉਂਕਿ ਜੀ ਅਸੀਂ ਬਿਲਕੁਲ ਭੁੱਲਦੇ ਜਾ ਚੁੱਕੇ ਹਾਂ ਉਹਨਾਂ ਚੀਜ਼ਾਂ ਨੂੰ, ਖਾਸ ਕਰਕੇ ਉਹਨਾਂ ਰਸੋਈ ਦੇ ਭਾਂਡਿਆਂ ਨੂੰ ਜਿਹੜੀਆਂ ਸਵਾਣੀਆਂ ਦੀ ਜਿੰਦ ਜਾਨ ਹੁੰਦੇ ਸੀ। ਔਰ ਅੱਜ ਅਸੀਂ ਪਹੁੰਚ ਚੁੱਕੇ ਹਾਂ ਮੋਗਾ ਸ਼ਹਿਰ ਦੇ ਵਿੱਚ, ਮੋਗਾ ਸਿਟੀ ਦੇ ਵਿੱਚ, ਔਰ ਗੱਲਬਾਤ ਕਰਾਂਗੇ ਸੁਰਿੰਦਰ ਜੀ ਹੁਣਾਂ ਦੇ ਨਾਲ ਔਰ ਜਾਣਾਂਗੇ ਕਿ ਉਹਨਾਂ ਨੇ ਇਹ ਸਾਰਾ ਜੋ ਅਨਮੋਲ ਖਜ਼ਾਨਾ ਆਪਣੇ ਘਰ ਦੇ ਵਿੱਚ ਸਾਂਭ ਕੇ ਰੱਖਿਆ ਹੈ, ਕਿੰਨਾ ਕੁ ਪਿਆਰ ਹੈ, ਇਹਨਾਂ ਨੂੰ ਸ਼ੌਂਕ ਸੀ ਜਾਂ ਇਹਨਾਂ ਦਾ ਇਹ ਕੋਈ ਕਿੱਤਾ ਹੈ। ਸਵਾਗਤ ਹੈ ਸੁਰਿੰਦਰ ਜੀ ਤੁਹਾਡਾ ਪ੍ਰੋਗਰਾਮ ਅਨਮੋਲ ਖਜ਼ਾਨਾ ਦੇ ਵਿੱਚ। ਨਮਸਕਾਰ ਜੀ। ਇਹ ਖਜ਼ਾਨਾ ਜੀ ਮੈਂ ਆਪਣੇ ਬਚਪਨ ਤੋਂ ਇਕੱਠਾ ਕਰ ਰਿਹਾ ਜੀ, ਤਕਰੀਬਨ 40 ਸਾਲ ਤੋਂ ਆਪਣੀ ਏਜ, ਔਰ ਬੜੀ ਮੁਸ਼ਕਲ ਨਾਲ ਔਰ ਬੜੇ ਉਪਰਾਲਿਆਂ ਨਾਲ ਅਸੀਂ ਇਸ ਨੂੰ ਇਕੱਠਾ ਕਰਦੇ ਹਾਂ ਜੀ। ਕਈ ਵਾਰੀ ਸਾਨੂੰ ਕਈ ਚੀਜ਼ਾਂ ਲੱਭਣ ਦੇ ਵਿੱਚ ਮੁਸ਼ਕਲ ਵੀ ਆਉਂਦੀ ਹੈ ਜੀ, ਲੇਕਿਨ ਜੋ ਅਸੀਂ ਵਿਰਾਸਤ ਇਕੱਠੀ ਕਰ ਰਹੇ ਹਾਂ, ਅਸੀਂ ਉਹ ਵਿਰਾਸਤ ਇਕੱਠੀ ਕਰਦੇ ਹਾਂ ਜੀ ਜਿਹੜੀ ਅੱਜ ਉਹ ਅਸੀਂ ਖੋ ਚੁੱਕੇ ਹਾਂ ਜੀ। ਸਾਡਾ ਇੱਕੋ ਇੱਕ ਮਕਸਦ ਹੈ ਜੀ ਕਿ ਅਸੀਂ ਆਪਣੀ ਵਿਰਾਸਤ ਨੂੰ, ਜੋ ਸਾਡਾ ਖਜ਼ਾਨਾ ਹੈ, ਅਸੀਂ ਉਸ ਨੂੰ ਸਾਂਭ ਕੇ ਰੱਖੀਏ, ਆਉਣ ਵਾਲੇ ਬੱਚਿਆਂ ਨੂੰ, ਆਉਣ ਵਾਲੀਆਂ ਪੀੜ੍ਹੀਆਂ ਨੂੰ ਦਿਖਾਇਆ ਜਾਵੇ ਕਿ ਸਾਡੇ ਬਜ਼ੁਰਗ ਜਾਂ ਮਾਂ ਬਾਪ ਸਾਡੇ ਜਿਹੜੇ ਪਹਿਨਦੇ ਸੀਗੇ ਉਹ ਕਿਸ ਤਰੀਕੇ ਨਾਲ ਇਸ ਦੀ ਵਰਤੋਂ ਕਰਦੇ ਸੀ ਔਰ ਇਹਨਾਂ ਦਾ ਕੀ ਲਾਭ ਹਾਨੀ ਸੀਗਾ ਜੀ। ਹਾਂਜੀ,
ਤੇ ਇੰਨੀ ਪਿੱਤਲ ਦੀ ਕਲੈਕਸ਼ਨ, ਮੈਨੂੰ ਲੱਗਦਾ ਕਿ ਜੇ ਅਸੀਂ ਗਿਣਤੀ ਵੀ ਕਰਨ ਜਾਈਏ ਸੁਰਿੰਦਰ ਜੀ, ਤੇ ਮੈਨੂੰ ਲੱਗਦਾ ਸਾਡੀ ਗਿਣਤੀ ਵੀ ਖਤਮ ਹੋ ਜਾਊਗੀ। ਔਰ ਤੁਸੀਂ ਤਾਂ ਦੱਸਿਆ ਕਿ ਤੁਹਾਨੂੰ ਬਚਪਨ ਤੋਂ ਸ਼ੌਂਕ ਜਾਗ ਗਿਆ, ਤੁਹਾਡੇ ਪਰਿਵਾਰ ਦੇ ਵਿੱਚ ਕੁਝ ਚੀਜ਼ਾਂ ਪਹਿਲੇ ਮੌਜੂਦ ਸੀ ਤੁਹਾਡੇ ਮੰਮਾ ਦੀ ਸਿਲੈਕਸ਼ਨ ਦੇ ਵਿੱਚ? ਹਾਂਜੀ, ਕੁਝ ਚੀਜ਼ਾਂ ਹੈ ਜਿਹੜੀਆਂ ਸਾਡੀਆਂ ਘਰੇਲੂ ਆਪਣੀਆਂ ਪਹਿਲੀਆਂ ਸਾਡੀਆਂ ਵਿਰਾਸਤ ਦੇ ਵਿੱਚ ਮੈਨੂੰ ਮਿਲੀਆਂ ਨੇ। ਬਾਕੀ ਤਕਰੀਬਨ ਕਲੈਕਸ਼ਨ ਜਿਹੜੀ ਹੈ ਜੀ, ਮੈਂ ਬਾਜ਼ਾਰ 'ਚੋਂ ਔਰ ਦੁਕਾਨਾਂ ਤੋਂ ਮੈਂ ਇਕੱਠੀ ਕੀਤੀ ਹੈ ਜੀ। ਔਰ ਵੇਖ ਵੇਖ ਕੇ ਮੈਂ ਜਦੋਂ ਕਿਸੇ ਪ੍ਰੋਗਰਾਮ 'ਚ ਵੇਖਦੇ ਜਾਂ ਕਿਤੇ ਸਾਨੂੰ ਪੁਰਾਣੀ ਯਾਦ ਆ ਜਾਂਦੀ ਕਿ ਡਾ ਵੀ ਇਹ ਬਰਤਨ ਹੁੰਦੇ ਸੀ ਜਾਂ ਇਹ ਚੀਜ਼ਾਂ ਹੁੰਦੀਆਂ ਸੀ ਸਾਡੇ ਵਿਰਸੇ ਦੇ ਵਿੱਚ, ਉਸ ਨੂੰ ਅਸੀਂ ਵੱਧ ਤੋਂ ਵੱਧ ਲੱਭਣ ਦੀ ਕੋਸ਼ਿਸ਼ ਕਰਦੇ ਹਾਂ ਕਿ ਡਾ ਵੀ ਉਹ ਚੀਜ਼ ਕਿਸੇ ਕੁਆੜੀਏ ਦੇ ਹੱਥ ਜਾਣ ਤੋਂ ਪਹਿਲਾਂ ਜਾਂ ਕਿਸੇ ਦੁਕਾਨਦਾਰ ਤੋਂ ਵਿਕਣ ਤੋਂ ਪਹਿਲਾਂ ਅਗਲੇ ਪਾਸੇ ਕਿਸੇ ਭੱਠੀ ਦੇ ਵਿੱਚ ਅਲੋਪ ਨਾ ਹੋ ਜਾਵੇ ਕਿ ਜੋ ਕਿ ਸਾਡੀ ਵਿਰਾਸਤ ਖਤਮ ਹੋ ਜਾਵੇ। ਉਸ ਨੂੰ ਅਸੀਂ ਮੁੱਖ ਰੱਖਦੇ ਹੋਏ ਇਹ ਚੀਜ਼ਾਂ ਦੀ ਕਲੈਕਸ਼ਨ ਇਕੱਠੀ ਕਰਦੇ ਹਾਂ। ਸੁਰਿੰਦਰ ਜੀ, ਤੁਹਾਨੂੰ ਕਿਤੇ ਪਤਾ ਲੱਗਦਾ, ਤੁਸੀਂ ਦੱਸਿਆ ਕਿ ਕਬਾੜੀਏ ਤੋਂ ਹੀ ਤੁਸੀਂ ਚੀਜ਼ਾਂ ਲੱਭਦੇ ਹੋ, ਲੈ ਕੇ ਆਉਂਦੇ ਹੋ, ਜਾਂ ਤੁਸੀਂ ਕਿਸੇ ਨਾਲ ਕੰਟੈਕਟ ਕਰਦੇ ਹੋ ਕਿ ਜੇ ਆਹ ਚੀਜ਼ਾਂ ਪਿੱਤਲ ਦੀਆਂ ਕੋਈ ਵੀ ਯੂਨੀਕ ਚੀਜ਼ਾਂ ਹੈਗੀਆਂ, ਕੀਮਤੀ ਚੀਜ਼ਾਂ ਹੈਗੀਆਂ, ਤੁਹਾਨੂੰ ਉਹਦੇ ਬਾਰੇ ਪਤਾ ਲੱਗਦਾ ਜਾਂ ਦੱਸਦਾ, ਕੋਈ ਮੈਸੇਜ ਕਨਵੇ ਕਰਦਾ, ਤੁਸੀਂ ਉੱਥੋਂ ਲੈਣ ਜਾਂਦੇ ਹੋ, ਜਾਂ ਕੁਛ ਇੱਦਾਂ ਦੇ ਤੁਹਾਡੇ ਦੋਸਤ ਜਾਂ ਤੁਹਾਡਾ ਸਰਕਲ ਬਣਿਆ ਹੋਇਆ ਕਿ ਚੀਜ਼ਾਂ ਤੁਹਾਨੂੰ ਲਿਆ ਕੇ ਫੜਾ ਦਿੰਦੇ ਨੇ ਕਿ ਆਹ ਸਾਡੇ ਕੋਲ ਚੀਜ਼ਾਂ ਹੈਗੀਆਂ ਪਰ ਤੂੰ ਆਪਣੀ ਕਲੈਕਸ਼ਨ ਦੇ ਵਿੱਚ ਇਹਨੂੰ ਇਕੱਠੇ ਕਰ ਲੈ? ਦੇਖੋ ਜੀ, ਇਸ ਤਰ੍ਹਾਂ ਕਿ ਜਦੋਂ ਸਾਨੂੰ ਪਤਾ ਲੱਗਦਾ ਕਿਸੇ ਦੁਕਾਨਦਾਰ ਕੋਲ ਕੋਈ ਸਮਾਨ ਆਇਆ, ਉਹ ਸਾਨੂੰ ਕਈ ਵਾਰੀ ਤਾਂ ਆਪ ਹੀ ਫੋਨ ਕਰਦਾ, ਕਈ ਵਾਰੀ ਅਸੀਂ ਤਕਰੀਬਨ 5-7 ਦਿਨ ਬਾਅਦ, 10 ਦਿਨ ਬਾਅਦ, ਕਈ ਵਾਰੀ ਜੋ ਕੋਈ ਦੁਕਾਨਦਾਰ ਦੂਰ ਹੈ ਸ਼ਹਿਰ ਤੋਂ ਬਾਹਰ ਉਹਨਾਂ ਨਾਲ ਅਸੀਂ ਕੰਟੈਕਟ ਰੱਖਿਆ ਹੁੰਦਾ, ਜਾਂ ਅਸੀਂ ਆਉਂਦੇ ਜਾਂਦੇ ਕਈ ਵਾਰੀ ਦੂਸਰੇ ਸ਼ਹਿਰ ਜਾਂਦੇ ਹਾਂ, ਉੱਥੋਂ ਅਸੀਂ ਲੱਭ ਲੈਂਦੇ ਕੋਈ ਚੀਜ਼, ਜੇ ਮਿਲ ਗਈ ਤਾਂ ਠੀਕ ਹੈ, ਨਹੀਂ ਮਿਲੀ ਅਸੀਂ ਆਪਣਾ ਫੋਨ ਨੰਬਰ ਦੇ ਆਉਂਦੇ ਅਤੇ ਅਸੀਂ ਉਹਨਾਂ ਨੂੰ ਕਹਿ ਦਿੰਦੇ ਵੀ ਜੇ ਕੋਈ ਚੀਜ਼ ਚੰਗੀ ਆਵੇ ਵਿਰਾਸਤ ਵਾਲੀ ਉਹ ਸਾਨੂੰ ਦਿੱਤੀ ਜਾਵੇ। ਉਹ ਸਾਨੂੰ ਕੁਛ ਰਵਾਇਤ ਨਾਲ ਦੇ ਦਿੰਦੇ ਨੇ ਜੋ ਕਿ ਆਮ ਨਵੇਂ ਭਾਂਡੇ ਨਾਲੋਂ ਸਸਤੀ ਹੁੰਦੀ ਹੈ ਜੀ, ਥੋੜ੍ਹੀ ਜਿਹੀ। ਉਸ ਤੋਂ ਬਾਅਦ ਕਈ ਸਾਡੇ ਕੋਲ ਇਹੋ ਜਿਹੀਆਂ ਚੀਜ਼ਾਂ ਆ ਜਾਂਦੀਆਂ ਜਿਹੜੀਆਂ ਸਾਨੂੰ ਲੋਕ ਘਰਾਂ ਦੇ ਵਿੱਚੋਂ ਸਾਡੇ ਸ਼ੌਂਕ ਨੂੰ ਵੇਖ ਕੇ ਸਾਨੂੰ ਮਤਲਬ ਦੇ ਦਿੰਦੇ ਨੇ ਕਿ ਡਾ ਵੀ ਚਲੋ ਸਾਡੇ ਘਰ 'ਚ ਇੱਕ ਵੱਖਰੀ ਚੀਜ਼ ਪਈ ਆ, ਉਹ ਸਾਂਭਣ ਤੋਂ ਗੁਰੇਜ਼ ਕਰਦੇ ਨੇ, ਲੇਕਿਨ ਅਸੀਂ ਉਸ ਨੂੰ ਬੜਾ ਆਪਣਾ ਮਾਣ ਸਮਝਦੇ ਕਿ ਸਾਨੂੰ ਉਹ ਜਦੋਂ ਚੀਜ਼ ਮਿਲ ਜਾਂਦੀ ਹੈ। ਅਤੇ ਸੁਰਿੰਦਰ ਜੀ, ਤੁਸੀਂ ਆਪਣੇ ਕਿੱਤੇ ਬਾਰੇ ਵੀ ਦੱਸੋ ਕਿ ਤੁਸੀਂ ਕੀ ਕੰਮ ਕਰਦੇ ਹੋ, ਕਿਉਂਕਿ ਇਹ ਸ਼ੌਕ ਤੁਹਾਡਾ ਵੱਖਰਾ ਔਰ ਤੁਹਾਡਾ ਕਿੱਤਾ ਜਿਹੜਾ, ਤੁਹਾਡਾ ਬਿਜ਼ਨਸ ਹੈ, ਉਹ ਕੁਝ ਵੱਖਰਾ ਹੈ, ਸਾਡੇ ਦਰਸ਼ਕ ਇਹ ਵੀ ਜਾਣਨਾ ਚਾਹੁੰਦੇ ਨੇ। ਮੈਂ ਇੱਕ ਛੋਟਾ ਜਿਹਾ ਦੁਕਾਨਦਾਰ ਹਾਂ ਜੀ, ਟੈਂਟ ਹਾਊਸ ਦਾ ਕੰਮ ਕਰਦਾ, ਲੇਕਿਨ ਕੰਮ ਮੇਰਾ ਬਿਲਕੁਲ ਹੈ ਨਹੀਂ ਗਾ ਇਸ ਟਾਈਮ 'ਤੇ ਜੀ, ਗੁਜ਼ਾਰਾ ਵੀ ਮੇਰਾ ਬੜੀ ਮੁਸ਼ਕਿਲ ਨਾਲ ਹੁੰਦਾ, ਥੋੜ੍ਹੀ ਬਹੁਤੀ ਜੇ ਮੈਂ ਕੋਈ ਪੂੰਜੀ ਇਕੱਠੀ ਕਰਦਾ ਤਾਂ ਘਰ ਦੀ ਰੋਟੀ ਤੋਂ ਬਗੈਰ ਮੈਂ ਇਹਦੇ ਵਿੱਚ ਵੀ ਆਪਣਾ ਯੋਗਦਾਨ ਪਾਉਂਦਾ ਵਾਂ, ਕਿਉਂਕਿ ਇਹ ਚੀਜ਼ਾਂ ਵਿਰਾਸਤ ਦੇ ਵਿੱਚੋਂ ਅਸੀਂ ਖੋ ਚੁੱਕੇ ਹਾਂ, ਅਤੇ ਚੀਜ਼ਾਂ ਦੀ ਕੀਮਤ ਵੀ ਸਾਨੂੰ ਕਈ ਵਾਰੀ ਮਹਿੰਗੀ ਵੀ ਦੇਣੀ ਪੈਂਦੀ ਹੈ ਜੀ, ਮਤਲਬ ਜਿਹੜੀ ਲੋਕ ਸਾਡੇ ਕੋਲ ਵੱਧ ਤੋਂ ਵੱਧ ਰੇਟ ਮੰਗ ਲੈਂਦੇ ਨੇ ਕਈ ਵਾਰੀ, ਪਰ ਅਸੀਂ ਉਹ ਚੀਜ਼ ਨੂੰ ਖਰੀਦਣ ਦੇ ਵਿੱਚ ਅਸੀਂ ਆਪਦੀ ਕੋਸ਼ਿਸ਼ ਕਰਦੇ ਕਿ ਵੀ ਇਹ ਚੀਜ਼ ਨਾ ਹੀ ਜਾਵੇ ਸਾਡੇ ਇੱਥੋਂ ਤਾਂ ਬਿਹਤਰ ਹੈ ਜੀ। ਸੁਰਿੰਦਰ ਜੀ, ਗੱਲ ਕਰਦੇ ਹਾਂ ਪਿੱਤਲ ਦੇ ਭਾਂਡਿਆਂ ਦੀ, ਕਿਉਂਕਿ ਹੁਣ ਤਾਂ ਜਿਨ੍ਹਾਂ ਕੋਲ ਪਿੱਤਲ ਦੇ ਭਾਂਡੇ ਹੈਗੇ ਵੀ ਉਹ ਵੀ ਚਾਹੁੰਦੇ ਨੇ ਕਿ ਪਿੱਤਲ ਦੇ ਭਾਂਡੇ ਵੇਚ ਕੇ, ਟੱਪਰਵੀਅਰ ਦੇ ਬ੍ਰਾਂਡ ਆ ਚੁੱਕੇ ਨੇ, ਮਾਈਕ੍ਰੋਵੇਵ ਚੀਜ਼ਾਂ ਆ ਚੁੱਕੀਆਂ ਨੇ, ਬਰਤਨ ਇੱਦਾਂ ਦੇ, ਇਹ ਚੀਜ਼ਾਂ ਲਈਆਂ ਜਾਣ, ਪਰ ਇਹ ਯੂਨੀਕ ਜਿਹੜਾ ਸਾਡਾ ਪੁਰਾਤਨ ਵਿਰਸਾ, ਜਿਹੜੇ ਅਸੀਂ ਸ਼ਾਇਦ ਦਾਦੀਆਂ ਪੜਦਾਦੀਆਂ ਕੋਲ ਇਹੋ ਜਿਹਾ ਖਜ਼ਾਨਾ ਦੇਖਿਆ ਸੀ, ਔਰ ਇਹ ਗਲਾਸ ਦੀ ਮਹੱਤਤਾ ਦੱਸੋ, ਔਰ ਦੂਸਰੇ ਬੰਨੇ ਤੁਹਾਡੇ ਵਾਲੀ ਸਾਈਡ 'ਤੇ ਇੱਕ ਇਹ ਛੋਟਾ ਗਲਾਸ ਔਰ ਇਹ ਬਹੁਤ ਵੱਡਾ ਗਲਾਸ। ਇਹ ਜਿਹੜੇ ਗਲਾਸ ਸੀਗੇ ਜੀ, ਇਹ ਪਹਿਲੇ ਵੇਲਿਆਂ 'ਚ ਮਤਲਬ ਜਦੋਂ ਘਰਾਂ ਦੇ ਵਿੱਚ ਜਿਵੇਂ ਕਹੋ ਜਵਾਈ ਆਉਂਦਾ ਸੀਗਾ ਜਾਂ ਕੋਈ ਭਲਵਾਨੀ ਕਰਦੇ ਸੀਗੇ ਜੀ, ਉਹਨਾਂ ਨੂੰ ਇਹ ਦੁੱਧ ਦਾ ਭਰਿਆ ਦਿੰਦੇ ਸੀਗੇ ਜੀ ਉਸ ਟਾਈਮ 'ਤੇ, ਉਸ ਵੇਲੇ ਇਹ ਮਤਲਬ ਜਿਹੜੇ ਸੀਗੇ ਲੋਕ ਇਸ ਨੂੰ ਪੀ ਵੀ ਲੈਂਦੇ ਸੀ ਦੁੱਧ ਨੂੰ ਇੰਨਾ ਗਲਾਸ ਦੇ ਵਿੱਚ। ਔਰ ਆਹ ਜਿਹੜਾ ਛੋਟਾ ਗਲਾਸ ਹੈ ਜੀ, ਇਹ ਬੱਚਿਆਂ ਦੇ ਸ਼ੌਂਕ ਵਾਸਤੇ ਹੁੰਦਾ ਸੀ ਕਿ ਚਲੋ ਬਈ ਬੱਚਾ ਦੁੱਧ ਨਹੀਂ ਸੀ ਪੀਂਦਾ, ਉਹਨੂੰ ਇੱਕ ਵਰਾਉਣ ਪਿੱਛੇ ਉਹਨੂੰ ਕਹਿੰਦੇ ਚੱਲ ਬਈ ਤੂੰ ਬੱਚੇ ਨੂੰ ਗਲਾਸੀ 'ਚ ਦੁੱਧ ਪਾ ਕੇ ਦਿੰਦੇ, ਉਹ ਬੱਚਾ ਇਸ ਕਰਕੇ ਇਹਨੂੰ ਪੀਂਦਾ ਸੀਗਾ। ਅਤੇ ਸੁਰਿੰਦਰ ਜੀ, ਇਹਨਾਂ ਪਿੱਤਲ ਦੇ ਭਾਂਡਿਆਂ ਦੀ ਖਾਸੀਅਤ ਵੀ ਹੁੰਦੀ ਸੀ, ਕਿਉਂਕਿ ਕਹਿੰਦੇ ਨੇ ਕਿ ਪਹਿਲੇ ਸਮੇਂ 'ਚ ਇਹਨਾਂ ਨੂੰ ਤਾਂ ਵਰਤਿਆ ਜਾਂਦਾ ਸੀ ਕਿ ਮਤਲਬ ਬਹੁਤ ਸਾਰੀਆਂ ਬਿਮਾਰੀਆਂ ਤੋਂ ਜਿਹੜਾ ਨਿਆਜ਼ਤ ਪਾਲੇ ਜਾਂਦੀ ਸੀ, ਕਿਉਂਕਿ ਇਹਨਾਂ ਭਾਂਡਿਆਂ ਦੇ ਵਿੱਚ ਇਹੋ ਜਿਹੇ ਕਹਿੰਦੇ ਧਾਤ ਹੈਗੀ ਹੈ ਜਿਹਦੇ ਨਾਲ ਸਾਨੂੰ ਬਿਮਾਰੀਆਂ ਜਿਹੜੀਆਂ ਨਹੀਂ ਲੱਗਦੀਆਂ ਸੀ, ਔਰ ਇਹੋ ਹੀ ਕਾਰਨ ਸੀ ਕਿ ਪਹਿਲੇ ਜਿਹੜੇ ਬਜ਼ੁਰਗ ਸੀਗੇ, ਪਹਿਲੇ ਲੋਕ ਸੀਗੇ, ਉਹ ਤੰਦਰੁਸਤ ਰਹਿੰਦੇ ਸੀ ਔਰ ਸਿਹਤ ਜਿਹੜੀ ਉਹਨਾਂ ਦੀ ਹਸ਼ਟ ਪੁਸ਼ਟ ਰਹਿੰਦੀ। ਠੀਕ ਹੈ ਜੀ, ਅਤੇ ਇਹ ਕੀ ਚੀਜ਼ ਹੈ? ਇਹ ਕਢਾਈ ਵਾਲਾ ਛੰਨਾ ਜੀ, ਮਤਲਬ ਜੀ ਇਹਨੂੰ ਛੰਨਾ ਕਹਿੰਦੇ ਆ ਜੀ, ਇਹਦੇ ਅੰਦਰ ਤੁਸੀਂ ਆਹ ਦੇਖੋ ਕਢਾਈ ਹੋਈ ਹੋਈ ਹੈ, ਔਰ ਕਢਾਈ ਵਾਲਾ ਛੰਨਾ ਵੇਖਣ ਨੂੰ ਬਹੁਤ ਘੱਟ ਮਿਲਦਾ ਜੀ, ਆਮ ਛੰਨੇ ਤਾਂ ਤੁਹਾਨੂੰ ਮਿਲ ਜਾਣਗੇ ਲੇਕਿਨ ਕਢਾਈ ਵਾਲਾ ਛੰਨਾ ਨਹੀਂ ਛੇਤੀ ਕਿਤੇ ਮਿਲਿਆ, ਕਿਉਂਕਿ ਇਹ ਇੱਕ ਧਾਤ ਇਹੋ ਜਿਹੀ ਹੈ ਜੀ, ਇਹ ਡਿੱਗਣ ਦੇ ਨਾਲ ਟੁੱਟ ਜਾਂਦੀ ਹੈ ਜੀ, ਮਤਲਬ ਇਸ ਕਰਕੇ ਇਹਦੀ ਕਢਾਈ ਵੀ ਬਹੁਤ ਵਧੀਆ ਕੀਤੀ ਹੋਈ ਕਿਸੇ ਕਾਰੀਗਰ ਦੀ। ਔਰ ਬਿਲਕੁਲ ਸਾਡੇ ਦਰਸ਼ਕ ਦੇਖ ਸਕਦੇ ਨੇ
ਕਿ ਕਿੰਨੇ ਵਧੀਆ ਤਰੀਕੇ ਦੇ ਨਾਲ ਇਹਦੇ ਵਿੱਚ ਫੁੱਲ ਬੂਟੀਆਂ ਜਿਹੜੇ ਉਹ ਘੇਰੇ ਗਏ ਨੇ, ਔਰ ਵਾਕਈ ਸਾਨੂੰ ਲੱਗਦਾ ਕਿ ਜੇਕਰ ਹੁਣ ਇੱਦਾਂ ਦੀ ਚੀਜ਼ਾਂ ਜਿਹੜੀਆਂ ਸਾਡੇ ਘਰ ਦੇ ਵਿੱਚ ਹੋਣ ਤਾਂ ਸਾਨੂੰ ਵੀ ਬੜਾ ਮਾਣ ਮਹਿਸੂਸ ਹੋਵੇ ਕਿ ਵਾਕਈ ਅਸੀਂ ਉਸ ਪੰਜਾਬ ਦੇ ਵਿੱਚ ਰਹਿੰਦੇ ਹਾਂ, ਅਸੀਂ ਉਸ ਪੰਜਾਬੀ ਹੋਣ ਦਾ ਮਾਣ ਮਹਿਸੂਸ ਕਰਦੇ ਹਾਂ। ਪਿੱਤਲ ਦੇ ਭਾਂਡਿਆਂ ਦੀ ਗੱਲ ਕਰ ਰਹੇ ਸੀ, ਪਿੱਤਲ ਦੇ ਭਾਂਡੇ ਵਾਕਈ ਬਹੁਤ ਯੂਨੀਕ ਨੇ ਔਰ ਬਹੁਤ ਸੋਹਣੇ ਲੱਗਦੇ, ਸਭ ਤੋਂ ਖੂਬਸੂਰਤ ਇਹਨਾਂ ਦਾ ਰੰਗ ਹੁੰਦਾ। ਤੇ ਅੱਗੇ ਗੱਲ ਕਰਦੇ ਹਾਂ ਇਸ ਕੱਛੂ ਕੰਮੇ ਦੀ, ਔਰ ਇਸ ਕੱਛੂ ਕੰਮੇ ਦੇ ਜਿਹੜਾ ਡਿਜ਼ਾਇਨ ਹੈ ਨਾ, ਇਹਦੀ ਇੱਕ ਖਾਸੀਅਤ ਹੈ, ਸਾਡੇ ਦਰਸ਼ਕ ਜਾਣ ਚੁੱਕੇ ਨੇ ਕਿ ਰਣਦੀਪ ਕੀ ਦਿਖਾਉਣਾ ਚਾਹੁੰਦੀ ਔਰ ਕੀ ਕਹਿਣਾ ਚਾਹੁੰਦੀ ਹੈ। ਇਹ ਕੱਦੂਕਸ ਹੈ ਜੀ, ਅਸਲ 'ਚ ਇਹ ਕੱਦੂਕਸ ਹੈ, ਜਾਂ ਜਿਹਨੂੰ ਆਪਾਂ ਮੂੜੀ ਕੰਡਾ ਵੀ ਕਹਿ ਦਿੰਦੇ, ਮੂੜੀ ਸ਼ਹਿਰ ਆਪਾਂ ਕੱਦੂਕਸ ਕਰ ਲੈਂਦੇ ਹਾਂ। ਔਰ ਇਹਦੀ ਜਿਹੜੀ ਸ਼ੇਪ ਬਣੀ ਹੋਈ ਆ, ਕੱਛੂ ਕੰਮੇ ਦਾ ਸਿਰ ਹੈ ਜੀ, ਆਹ ਪੂਛ ਬਣੀ, ਆਹ ਚਾਰ ਲੱਤਾਂ ਇਹਦੀਆਂ ਬਣੀਆਂ ਹੋਈਆਂ। ਮਤਲਬ ਇਹ ਇਸ ਕਰਕੇ ਹੁੰਦਾ ਸੀ ਕਿ ਬੈਲੈਂਸ ਜਿਹੜਾ ਬਹੁਤ ਵਧੀਆ ਰਹਿੰਦਾ ਸੀ, ਜਦੋਂ ਆਪਾਂ ਕੱਦੂਕਸ ਕਰਦੇ ਸੀ ਤੇ ਆਪਾਂ ਨੂੰ ਦੂਸਰੇ ਹੱਥੋਂ, ਔਰ ਦੂਸਰਾ ਬੈਨੀਫਿਟ ਹੈ ਕਿ ਇੱਥੋਂ ਮੈਨੂੰ ਲੱਗਦਾ ਇਹਨੂੰ ਫੜ ਕੇ ਬੈਲੈਂਸ ਥੱਲੜਲਾ ਬਣਿਆ ਰਹਿੰਦਾ ਸੀ, ਔਰ ਬੜੇ ਈਜ਼ੀ ਤਰੀਕੇ ਦੇ ਨਾਲ ਆਪਾਂ ਇਹਦੇ ਵਿੱਚ ਕੱਦੂਕਸ ਕਰ ਸਕਦੇ ਸੀ। ਤੇ ਹੁਣ ਤੇ ਮੈਨੂੰ ਲੱਗਦਾ ਮਸ਼ੀਨਾਂ ਦਾ ਯੁੱਗ ਆ ਚੁੱਕਿਆ ਤੇ ਇਹ ਚੀਜ਼ਾਂ ਤਾਂ ਹੁਣ ਕਿਤੇ ਵੀ ਦੇਖਣ ਨੂੰ ਨਹੀਂ ਮਿਲਣੀਆਂ। ਤੇ ਅਗਲੀ ਗੱਲ ਕਰਦੇ ਹਾਂ, ਏਡਾ ਭਾਰਾ ਜਿੰਦਾ ਸੁਰਿੰਦਰ ਜੀ, ਕਿਹੜੇ ਦਰਵਾਜ਼ੇ ਨੂੰ ਲਾ ਕੇ ਰੱਖ ਦਿਓ, ਕਿੰਨਾ ਕੁ ਖਜ਼ਾਨਾ ਤੁਹਾਡੇ ਕੋਲ ਪਿਆ ਹੈ ਕਿ ਸਾਡੇ ਦਰਸ਼ਕ ਦੇਖ ਲੈਣ ਕਿ ਮਤਲਬ ਮੈਨੂੰ ਚੱਕਣ 'ਚ ਬਹੁਤ ਦਿੱਕਤ ਆਈ ਹੈ। ਇਹ ਦੇਖੋ ਜੀ, ਇਹ ਚੀਜ਼ਾਂ ਜਿਹੜੀਆਂ ਨਾ ਮਤਲਬ ਕਾਫੀ ਪੁਰਾਣੀਆਂ, ਇਹ ਤਕਰੀਬਨ 150 ਸਾਲ ਦੇ ਕਰੀਬ ਪੁਰਾਣਾ ਤਾਲਾ ਜੀ ਸਾਡੇ ਕੋਲ। ਇਹ ਜੀ ਇਹਨੂੰ ਦੋ ਹੀ ਚਾਬੀਆਂ ਲਾ ਦੀਆਂ, ਇੱਕ ਚਾਬੀ ਨਾਲ ਨਹੀਂ ਖੁੱਲੇਗਾ, ਦੋਵਾਂ ਚਾਬੀਆਂ ਲਾਓਗੇ ਤਾਂ ਦੋਨਾਂ ਨਾਲ ਬੰਦ ਹੋਏਗਾ ਜੀ, ਔਰ ਇਹ ਡਬਲ ਲੌਕ ਹੈ ਜੀ, ਇਹ ਬਣਿਆ ਹੋਇਆ ਜੀ ਇਹਦੇ ਵਿੱਚ। ਮਤਲਬ ਵਾਕਈ ਦਰਸ਼ਕਾਂ ਨੂੰ ਦਿਖਾ ਵੀ ਦਿਓ ਕਿ ਸੱਚੀ ਆ ਦੇਖੋ ਜੀ, ਆ ਇੱਕ ਨਾਲ ਲੱਗ ਗਿਆ ਜੀ, ਆ ਦੂਸਰੀ ਵੀ ਲੱਗ ਗਈ ਜੀ, ਉਦੋਂ ਬਾਅਦ ਜਿਹੜੀ ਮਰਜ਼ੀ ਤਾਂ ਚਾਬੀ ਤੁਸੀਂ ਅੱਗੋਂ ਪਿੱਛੋਂ ਲਾ ਲਓ, ਲੇਕਿਨ ਜੇ ਦੋ ਚਾਬੀਆਂ ਨਾਲ ਲਾਇਆ ਦੋਹਾਂ ਨਾਲ ਹੀ ਖੁੱਲੇਗਾ ਜਾਂ ਨਹੀਂ ਖੁੱਲ ਰਿਹਾ। ਠੀਕ ਹੈ ਜੀ, ਮਤਲਬ ਦੋਨਾਂ ਨਾਲ ਪਹਿਲੇ ਲੌਕ ਲਾਉਣਾ ਪਊਗਾ ਤੇ ਫਿਰ ਦੋਨਾਂ ਨਾਲ ਖੋਲਾਂਗੇ ਤੇ ਖੁੱਲ। ਹਾਂਜੀ, ਦੋਹਾਂ ਨਾਲ ਹੀ ਖੁੱਲੇਗਾ। ਆ ਲਓ ਜੀ। ਠੀਕ ਹੈ ਜੀ, ਇਹ ਤੁਹਾਨੂੰ ਕਿੱਥੋਂ ਮਿਲਿਆ? ਇਹ ਕਿਸੇ ਕੁਆੜੀਏ ਕੋਲੋਂ ਸਾਨੂੰ ਮਿਲਿਆ ਸੀ। ਲਓ ਜੀ, ਮਤਲਬ ਕੁਆੜੀਏ ਦੇ ਕੋਲ ਵੀ ਇੰਨੀਆਂ ਕੀਮਤੀ ਚੀਜ਼ਾਂ, ਮਤਲਬ ਆਪਣੇ ਆਪ ਨੂੰ ਸ਼ਰਮ ਆ ਰਹੀ ਹੈ ਕਿ ਇਦਾਂ ਦੀਆਂ ਚੀਜ਼ਾਂ ਲੋਕ ਆਪਣੇ ਘਰਾਂ ਚੋਂ ਕੱਢ ਕੇ ਇਦਾਂ ਦਾ ਖਜ਼ਾਨਾ ਤੇ ਕਵਾੜੀ ਆਪਣੇ ਕਵਾੜ ਦੇ ਵਿੱਚ ਸਿੱਟੀ ਫਿਰਦੇ ਨੇ, ਕਿਉਂਕਿ ਉਹ ਮੇਰਾ ਦੋਸਤ ਹੈ ਕਵਾੜੀ, ਉਹ ਸਾਨੂੰ ਕਈ ਵਾਰੀ ਆਵਾਜ਼ ਦੇ ਕੇ ਵੀ ਕਹਿੰਦਾ ਜਦੋਂ ਚੀਜ਼ ਆਈ ਹੋਈ ਹੈ ਤੁਸੀਂ ਲੈ ਲਓ ਜੀ। ਭਾਟੀਆ ਜੀ, ਗੱਲ ਕਰ ਰਹੇ ਸੀ ਪਿੱਤਲ ਦੇ ਭਾਂਡਿਆਂ ਦੀ, ਔਰ ਤੁਹਾਡੇ ਕੋਲ ਇੰਨੀ ਵਧੀਆ ਕਲੈਕਸ਼ਨ ਹੈ, ਮੇਰਾ ਦਿਲ ਕਰਦਾ ਕਿ ਮੈਂ ਸਾਰਾ ਕੁਝ ਸਮੇਟ ਕੇ ਆਪਣੇ ਕੋਲ ਲੈ ਜਾਵਾਂ। ਹਾਂਜੀ, ਇਹ ਬੋਤਲ ਹੈ ਮੈਨੂੰ ਲੱਗਦਾ ਹੈ ਨਾ, ਕੱਚ ਦੀ ਬਣੀ ਹੋਈ ਹੈ ਔਰ ਉੱਪਰ ਪਿੱਤਲ ਨੂੰ ਬਣਾਇਆ ਹੋਇਆ। ਹਾਂਜੀ, ਇਹ ਕਵਰ ਬਣਿਆ ਹੋਇਆ ਜੀ, ਇਹਦਾ ਪਿੱਤਲ ਦਾ ਅੰਦਰ ਬੋਤਲ ਇਹਦੇ ਵਿੱਚ ਹੈ ਜੀ, ਔਰ ਇਹ ਜੱਗ ਦਾ ਕੰਮ ਕਰਦੀ ਹੈ ਜੀ, ਮਤਲਬ ਜਾਂ ਤੁਸੀਂ ਆਮ ਵਰਤੋਂ 'ਚ ਲੈ ਸਕਦੇ ਹੋ। ਮੈਨੂੰ ਲੱਗਦਾ ਕਿ ਰਜਵਾੜਿਆਂ ਦੇ ਟਾਈਮ ਦੀ ਹੋਣੀ, ਕਿਉਂਕਿ ਆਮ ਇੱਦਾਂ ਦੀਆਂ ਚੀਜ਼ਾਂ ਆਮ ਲੋਕ ਤਾਂ ਵਰਤਦੇ ਹੀ ਨਹੀਂ ਸੀਗੇ। ਦੇਖੋ ਜੀ, ਕਈ ਵਾਰੀ ਸਾਨੂੰ ਚੀਜ਼ਾਂ ਇਹੋ ਜਿਹੀਆਂ ਮਿਲਦੀਆਂ ਜਿਹੜੀਆਂ ਸਾਨੂੰ ਆਪ ਨੂੰ ਨਹੀਂ ਪਤਾ ਹੁੰਦਾ ਕਿਸ ਟਾਈਮ ਤੋਂ ਔਰ ਕਿੰਨੀ ਪੁਰਾਣੀ ਹੈ। ਕੁਛ ਚੀਜ਼ਾਂ ਦਾ ਸਾਨੂੰ ਮਤਲਬ ਪਤਾ ਲੱਗ ਜਾਂਦਾ ਕਿ ਵੀ ਇੰਨੀ ਪੁਰਾਣੀ ਹੈ ਆਈਟਮ ਜੀ। ਤੇ ਦਰਸ਼ਕੋ, ਦੇਖ ਸਕਦੇ ਪਿੱਤਲ ਦਾ ਡੱਬਾ ਹੈ ਰੋਟੀ ਵਾਲਾ, ਹੁਣ ਤਾਂ ਅਸੀਂ ਹੌਟ ਪੇਸ ਕਹਿ ਦਿੰਦੇ ਔਰ ਪਤਾ ਨਹੀਂ ਕਿੰਨੇ ਵਧੀਆ ਵਧੀਆ ਕੋਸਟਲੀ ਕੋਸਟਲੀ ਚੀਜ਼ਾਂ ਆਪਾਂ ਯੂਜ਼ ਕਰਦੇ ਜਦੋਂ ਆਫਿਸ ਦੇ ਵਿੱਚ ਜਾਣਾ ਹੁੰਦਾ। ਤੇ ਇੱਦਾਂ ਦੇ ਡੱਬੇ ਨੂੰ ਲਿਜਾਣ ਵਾਸਤੇ ਮੈਨੂੰ ਲੱਗਦਾ ਸਾਨੂੰ ਸਾਰਿਆਂ ਨੂੰ ਸ਼ਰਮ ਆਉਂਦੀ ਕਿ ਨਹੀਂ ਇੱਦਾਂ ਦਾ, ਜੇ ਕੋਈ ਟਿਫਨ ਲੈ ਕੇ ਜਾਊਗਾ ਤਾਂ ਕਹਿਣਾ ਗਰੀਬ ਜੇ ਪਰਿਵਾਰ ਦਾ ਕੋਈ ਹੋਣਾ ਹੈ ਨਾ। ਤੇ ਔਰ ਕਿੰਨਾ ਸੋਹਣਾ ਲੱਗ ਰਿਹਾ ਔਰ ਇੰਨਾ ਹੈਵੀ ਹੈ, ਇਹਦੇ ਬਾਰੇ ਦੱਸ ਦਿਓ ਸਾਡੇ ਦਰਸ਼ਕਾਂ ਨੂੰ, ਇਹ ਲੌਕ ਹੈ ਇੱਥੇ? ਹਾਂਜੀ, ਇਹ ਜਿਹੜਾ ਜੀ ਇੱਦਾਂ ਲੌਕ ਹੋ ਜਾਂਦਾ, ਮਤਲਬ ਖੁੱਲਦਾ ਨਹੀਂ ਜੀ, ਜੇ ਖੋਲਣਾ ਹੋਵੇ ਤਾਂ ਇੱਥੇ ਬਰਾਬਰ ਰੱਖ ਕੇ ਤੇ ਇਹਨੂੰ ਖੋਲਿਆ ਜਾਂਦਾ ਸੀਗਾ ਜੀ, ਇੱਦਾਂ ਖੁੱਲ ਜਾਂਦਾ ਸੀਗਾ ਔਰ ਖਾਨੇ ਅੱਡੋ ਅੱਡ ਹੋ ਜਾਂਦੇ ਸੀਗੇ। ਇਹ ਸਾਡੇ ਆਪਦੇ ਸਕੂਲ ਟਾਈਮ ਦਾ ਮੇਰੇ ਦਾ ਜੀ ਬਚਪਨ ਦਾ ਹੈ ਜੀ ਇਹ ਟਿਫਨ, ਜਿਹੜਾ ਸੁਰਿੰਦਰ ਜੀ ਹੁਣ ਦੱਸਿਆ ਕਿ ਮੈਂ ਸਕੂਲ ਦੇ ਵਿੱਚ ਪੜ੍ਹਦਾ ਹੁੰਦਾ ਸੀ ਤੇ ਇਹੀ ਵਾਲਾ ਟਿਫਨ ਲੈ ਕੇ ਜਾਂਦਾ ਹੁੰਦਾ ਸੀ, ਮਤਲਬ 55 ਸਾਲ ਪੁਰਾਣਾ ਹੈ ਜੀ ਮਤਲਬ ਟਿਫਨ। ਠੀਕ ਹੈ ਜੀ, ਇਹ ਗੱਲ ਕਰਦੇ ਆ ਕੜਛੀਆਂ ਬਾਰੇ, ਮੈਨੂੰ ਲੱਗਦਾ ਕਿ ਇੰਨੇ ਭਾਰੇ ਭਾਰੇ ਆ, ਮਤਲਬ ਸਾਡੇ ਵਰਗੇ ਤੇ ਬੱਚੇ ਚੱਕ ਹੀ ਨਹੀਂ ਸਕਦੇ, ਕਿਉਂਕਿ ਇਹਨਾਂ ਦਾ ਵੇਟ ਹੀ ਬੜਾ ਹੈ। ਇਹ ਅਸਲ 'ਚ ਜੀ ਵਨ ਪੀਸ ਕੜਛੀ ਹੈ ਜੀ, ਇੱਕੋ ਹੱਥ ਦੀ ਬਣੀ ਹੋਈ ਹੈ ਜੀ, ਮਤਲਬ ਹੱਥ ਦੀ ਬਣੀ ਦੇਖੋ ਕੜਛੀ ਤੁਸੀਂ, ਉੱਤੇ ਡਿਜ਼ਾਇਨਿੰਗ ਜਿਹੜੀ ਹੈ ਇਹ ਠੱਪੀ ਹੋਈ ਕੜਛੀ ਹੈ ਜੀ, ਔਰ ਕਾਫੀ ਪੁਰਾਣੀ ਕੜਛੀ ਹੈ, ਤਕਰੀਬਨ 40-45 ਸਾਲ ਤੋਂ ਜ਼ਿਆਦਾ ਹੋਏਗੀ। ਮਤਲਬ ਕਹਿ ਸਕਦੇ ਜਿਹਦੇ 'ਚ ਜਿਹੜੇ ਭਾਂਡੇ 'ਚ ਕੋਈ ਟਾਂਕਾ ਨਹੀਂ ਲੱਗਦਾ ਕੁਛ, ਹਾਂਜੀ ਹਾਂਜੀ ਇੱਦਾਂ ਦਾ ਵਨ ਪੀਸ ਇਹਨੂੰ ਕਹਿ ਸਕਦੇ ਜੀ, ਇਹਨੂੰ ਵਨ ਪੀਸ ਕਹਿੰਦੇ ਆ। ਠੀਕ ਹੈ, ਤਾਂ ਕਰਕੇ ਇਹ ਧਾਤਾਂ ਵਧੀਆ ਹੁੰਦੀਆਂ ਸੀ, ਕੋਈ ਟਾਂਕਾ ਨਹੀਂ ਲੱਗਾ ਹੁੰਦਾ ਸੀ ਔਰ ਸਾਰਾ ਕੁਛ ਇੰਨਾ ਵਧੀਆ ਹੁੰਦਾ ਸੀਗਾ। ਇਹ ਬੱਚਿਆਂ ਦੇ ਵਾਸਤੇ ਸੁਰਾਹੀ ਹੈ? ਨਹੀਂ ਜੀ, ਇਹ ਟੀ ਪੋਟ ਹੈ ਜੀ ਇਹ। ਅੱਛਾ ਜੀ, ਹਾਂਜੀ, ਕਿੱਥੋਂ ਖੁੱਲਦਾ ਹੈ? ਕਦੀ ਇਹਦੇ 'ਚ ਚਾਹ ਪਾ ਕੇ ਪੀਤੀ? ਹਾਂਜੀ, ਚਾਹ ਵਾਲੀ ਟੀ ਪੋਟ ਹੀ ਹੈ ਜੀ। ਅੱਛਾ ਜੀ, ਮਤਲਬ ਪਹਿਲੇ ਪੀਂਦੇ ਰਹੇ ਹੋਣਗੇ। ਹਾਂਜੀ ਹਾਂਜੀ ਹਾਂਜੀ।
ਹੁਣ ਤਾਂ ਦਰਸ਼ਕਾਂ ਦੇ ਦਿਖਾਉਣ ਨੂੰ ਜਾਂ ਲੋਕਾਂ ਦੇ ਦਿਖਾਉਣ ਨੂੰ ਤੁਸੀਂ ਇਹ ਸ਼ੋਅ ਦੇ ਵਿੱਚ ਰੱਖੀਆਂ ਹੋਈਆਂ ਨੇ ਚੀਜ਼ਾਂ, ਤੇ ਕਦੇ ਸੁਰਿੰਦਰ ਜੀ ਦਿਲ ਕੀਤਾ ਕੋਈ ਕਿਸੇ ਨੂੰ ਪਤਾ ਲੱਗਾ ਕਿ ਤੁਹਾਡੇ ਕੋਲ ਇੰਨਾ ਸਾਰਾ ਖਜ਼ਾਨਾ ਹੈ ਤੇ ਕੋਈ ਵਿਦੇਸ਼ ਜਾਣ ਲਈ ਆਪਣੇ ਘਰ ਦੇ ਵਿੱਚ ਕਲੈਕਸ਼ਨ ਦੇ ਵਿੱਚ ਤੁਹਾਨੂੰ ਕਵੇ ਕਿ ਮੈਂ ਇਹਦੀ ਜਿੰਨੀ ਮੂੰਹ ਮੰਗੀ ਕੀਮਤ ਦਊਂਗੇ, ਮੈਂ ਦਊਂਗਾ, ਤੁਸੀਂ ਦੱਸੋ ਤੇ ਤੁਸੀਂ ਕਦੇ ਤੁਹਾਨੂੰ ਲੱਗਾ ਹੋਵੇ ਕਿ ਕਿਸੇ ਕੀਮਤ 'ਚ ਵੀ ਨਹੀਂ ਦੇਵਾਂਗੇ, ਨਾ ਅਸੀਂ ਅੱਜ ਤੱਕ ਕੋਈ ਵੇਚਿਆ ਜੀ, ਨਾ ਅਸੀਂ ਕਦੀ ਇਹਦਾ ਵਿਚਾਰ ਕੀਤਾ ਕਿ ਅਸੀਂ ਕਿਸੇ ਨੂੰ ਵੇਚਾਂਗੇ। ਤੇ ਸੁਰਿੰਦਰ ਜੀ, ਤੁਸੀਂ ਜਿੱਦਾਂ ਪਹਿਲੇ ਦੱਸਿਆ ਕਿ ਘਰ ਦੀ ਹਾਲਤ ਨੂੰ ਦੇਖ ਕੇ ਨਾ ਭਾਵੇਂ ਤੁਹਾਡਾ ਬਿਜ਼ਨਸ ਕਿਤੇ ਨਾ ਕਿਤੇ ਮਤਲਬ ਵੱਧ ਘੱਟ ਵਾਧਾ ਘੱਟ ਜਿਹੜਾ ਕੰਮ ਦੇ ਵਿੱਚ ਹੁੰਦਾ ਹੀ ਰਹਿੰਦਾ, ਕਿਉਂਕਿ ਬਿਜ਼ਨਸ ਹੈ, ਕੰਮ ਚੱਲਦੇ ਰਹਿੰਦੇ ਨੇ ਮੌਸਮ ਦੇ ਹਿਸਾਬ ਨਾਲ ਵੀ ਕਹਿ ਸਕਦੇ ਹਾਂ ਆਪਾਂ, ਤੇ ਲੋਕਾਂ ਦੀ ਜ਼ਰੂਰਤਾਂ ਦੇ ਹਿਸਾਬ ਨਾਲ ਵੀ। ਤੇ ਉਧਰੋਂ ਜੇ ਤੁਹਾਡੀ ਇਨਕਮ ਸੋਰਸ, ਤੁਹਾਡੀ ਇਨਕਮ ਘੱਟ ਜਾਂਦੀ ਹੈ, ਪਰ ਇਧਰੋਂ ਤੁਹਾਨੂੰ ਲੱਗੇ ਕਿ ਕਿਤੇ ਨਾ ਕਿਤੇ ਕੋਈ ਚੀਜ਼ ਜਿਹੜੀ ਹੈ ਤੁਹਾਨੂੰ ਮਿਲ ਰਹੀ ਹੈ ਔਰ ਉਹਦੀ ਕੀਮਤ ਜਿਹੜੀ ਹੈ ਬਹੁਤ ਜ਼ਿਆਦਾ ਹੈ, ਔਰ ਤੁਹਾਡਾ ਦਿਲ ਕਰਦਾ ਕਿ ਤੁਸੀਂ ਲੈਣੀ ਲੈਣੀ ਹੈ। ਤੇ ਉਧਰੋਂ ਘਰੇ ਬੈਠੇ ਮੈਡਮ ਜੀ ਜਿਨ੍ਹਾਂ ਨੂੰ ਹੋਵੇ ਕਿ ਅੱਜ ਹਸਬੈਂਡ ਜੀ ਨੇ ਆਉਣਾ ਹੈ ਤੇ ਮੀਆਂ ਜੀ ਆਉਣਗੇ ਔਰ ਰਸੋਈ ਦਾ ਸਮਾਨ ਜਿਹੜਾ ਲੈ ਕੇ ਦੇਣਗੇ, ਤੇ ਤੁਸੀਂ ਉਹ ਪੈਸਿਆਂ ਦਾ ਆਪਣਾ ਜਿਹੜਾ ਸ਼ੌਂਕ ਪੂਰਾ ਕਰ ਲੈਣੇ, ਅਨਮੋਲ ਖਜ਼ਾਨਾ ਲਿਆ ਉਹਨੇ, ਤੇ ਫਿਰ ਕਿੱਦਾਂ ਦਾ ਮਾਹੌਲ ਘਰ ਦੇ ਵਿੱਚ ਬਣਦਾ? ਕਈ ਵਾਰੀ ਇਸ ਤਰ੍ਹਾਂ ਹੁੰਦਾ ਜੀ, ਮੈਂ ਕੋਈ ਚੀਜ਼ ਜਿਹੜੀ ਕੋਈ ਮਿਲਦੀ ਹੋਵੇ, ਜਿਹੜੀ ਅਲੋਪ ਹੋਈ ਹੋਈ ਹੋਵੇ, ਜਿਹੜੀ ਸਾਡੀ ਮਤਲਬ ਜਿਵੇਂ ਕਹਿ ਦਈਏ ਜੀ ਵਿਰਾਸਤ ਤੋਂ ਮਤਲਬ ਖੁੰਝ ਗਈ ਹੋਵੇ, ਮੈਂ ਲਿਆ ਕੇ ਕਈ ਵਾਰੀ ਚੀਜ਼ ਮਹਿੰਗੀ ਵੀ ਉਹ ਮੈਂ ਪਾਸੇ ਰੱਖ ਦਿੰਦਾ, ਕੁਛ ਦਿਨਾਂ ਬਾਅਦ ਮੈਂ ਘਰ ਮਤਲਬ ਸ਼ੋਅ ਤਾਂ ਕਰ ਦਿੰਦਾ, ਪਰ ਕਈ ਵਾਰੀ ਉਸ ਚੀਜ਼ ਨੂੰ ਮੈਂ ਇੰਨਾ ਕੁ ਲੁਕੋ ਕੇ ਰੱਖਦਾ ਕਿ ਪਤਾ ਹੀ ਨਾ ਲੱਗੇ ਕਿ ਮੇਰੇ ਕੋਲ ਚੀਜ਼ ਆਈ ਹੋਈ ਹੈ। ਫਿਰ ਵੀ ਮੈਂ ਕਈ ਵਾਰੀ ਤਾਂ ਇਹੋ ਜਿਹਾ ਸਿਸਟਮ ਹੋ ਜਾਂਦਾ ਜੀ, ਮੈਂ ਉਧਾਰ ਚੱਕ ਕੇ ਵੀ ਉਹ ਚੀਜ਼ ਲਿਆ ਕੇ ਮਤਲਬ ਆਪਦਾ ਉਹਨੂੰ ਸਾਂਭ ਲੈਂਦਾ ਜੀ। ਔਰ ਦਰਸ਼ਕੋ, ਮੈਂ ਹੁਣ ਤੁਹਾਨੂੰ ਦੱਸ ਦੇਵਾਂ ਕਿ ਗਰਮੀ ਜਿਹੜੀ ਹੈ ਬਹੁਤ ਹੱਦ ਦੀ ਹੋ ਚੁੱਕੀ ਹੈ ਔਰ ਸਾਨੂੰ ਪੂਰੇ ਲੱਤਾਂ ਲੱਤ ਜਿਹੜੇ ਪਸੀਨੇ ਸਾਡੇ ਨਿਕਲ ਚੁੱਕੇ ਨੇ, ਮੈਨੂੰ ਲੱਗਦਾ ਕਿ ਸਾਨੂੰ ਇੱਕ ਛੋਟਾ ਜਿਹਾ ਬ੍ਰੇਕ ਲੈਣਾ ਚਾਹੀਦਾ। ਜਾਣਾ ਕਿਧਰੇ ਨਹੀਂ, ਤੁਸੀਂ ਦੇਖਣੀ ਹੈ ਅਨਮੋਲ ਚੀਜ਼ਾਂ ਜੋ ਸਾਡੇ ਵਿਰਸੇ ਨਾਲ ਜੁੜੀਆਂ ਹੋਈਆਂ ਸਾਡੇ ਪੰਜਾਬ ਦੀਆਂ, ਅਤੇ ਮਿਲਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕਮਰਸ਼ੀਅਲ ਬ੍ਰੇਕ ਤੋਂ ਬਾਅਦ ਪ੍ਰੋਗਰਾਮ ਅਨਮੋਲ ਖਜ਼ਾਨਾ ਲੈ ਕੇ ਰਣਦੀਪ ਤੁਹਾਡੇ ਰੂਬਰੂ ਹੈ, ਔਰ ਮੇਰੇ ਨਾਲ ਬਣੇ ਹੋਏ ਸੀਗੇ ਸੁਰਿੰਦਰ ਸਾਹਿਬ ਭਾਟੀਆ ਜੀ, ਔਰ ਗੱਲਬਾਤ ਕਰਦੇ ਹਾਂ ਉਸ ਅਨਮੋਲ ਖਜ਼ਾਨੇ ਦੇ ਬਾਰੇ, ਔਰ ਬਹੁਤ ਚੀਜ਼ਾਂ ਇਹਨਾਂ ਨੇ ਸਾਨੂੰ ਦੱਸੀਆਂ ਦਿਖਾਈਆਂ, ਔਰ ਉਹਨਾਂ ਦੇ ਬਾਰੇ ਦੱਸਿਆ ਕਿ ਪਿੱਤਲ ਦੇ ਜਿੰਨੇ ਵੀ ਯੂਨੀਕ ਬਰਤਨ ਨੇ ਉਹਨਾਂ ਦਾ ਕੀ ਮਕਸਦ ਸੀ, ਕੀ ਕੰਮ ਸੀ, ਔਰ ਕਿੱਥੋਂ ਕਿੱਥੋਂ ਇਹਨਾਂ ਨੇ ਸਾਰੀਆਂ ਚੀਜ਼ਾਂ ਲਈਆਂ। ਔਰ ਸਾਡੇ ਦਰਸ਼ਕ ਦੇਖ ਸਕਦੇ ਨੇ ਕਿ ਪਿੱਛੇ ਇੱਕ ਸ਼ੋਕੇਸ ਬਣਿਆ ਹੋਇਆ, ਆਮ ਤੌਰ 'ਤੇ ਅਸੀਂ ਸ਼ੋਕੇਸ ਦੇ ਵਿੱਚ ਨਾ ਯੂਨੀਕ ਚੀਜ਼ਾਂ ਰੱਖਦੇ, ਜਿਹੜੇ ਹੁਣ ਦੇ ਸਮੇਂ ਨੇ ਸਾਨੂੰ ਲੱਗਦਾ ਕਰੋਕਰੀ ਦੀਆਂ ਚੀਜ਼ਾਂ ਹੋਣੀਆਂ, ਫਲਾਵਰਸ ਹੋਣ, ਕੁਛ ਇੱਦਾਂ ਦੀਆਂ ਚੀਜ਼ਾਂ, ਪਰ ਸੁਰਿੰਦਰ ਜੀ ਹੁਣਾਂ ਨੇ ਉਹ ਅਨਮੋਲ ਖਜ਼ਾਨਾ ਰੱਖਿਆ ਜੋ ਅਸੀਂ ਹੁਣ ਕਦੇ ਵੀ ਕਿਸੇ ਘਰ ਦੇ ਵਿੱਚ, ਪੁਰਾਣੇ ਘਰ ਦੇ ਵਿੱਚ ਚਲੇ ਜਾਓ, ਨਵੇਂ ਘਰ ਦੇ ਵਿੱਚ ਚਲੇ ਜਾਓ, ਕਦੀ ਵੀ ਇੱਦਾਂ ਦੀਆਂ ਚੀਜ਼ਾਂ ਸਾਨੂੰ ਦੇਖਣ ਨੂੰ ਕਿਧਰੇ ਵੀ ਨਹੀਂ ਮਿਲੀਆਂ। ਔਰ ਇੰਨੀ ਜ਼ਿਆਦਾ ਕੀਮਤ ਹੈ ਇਹਨਾਂ ਚੀਜ਼ਾਂ ਦੀ, ਜੇ ਕੋਈ ਖਰੀਦਣ ਜਾਵੇ ਤਾਂ ਮੈਨੂੰ ਲੱਗਦਾ ਉਹਦੇ ਹੱਥ ਖੜ੍ਹੇ ਹੋ ਜਾਓ ਔਰ ਕੰਨਾਂ ਨੂੰ ਹੱਥ ਲਾ ਲਓ। ਪਰ ਸੁਰਿੰਦਰ ਜੀ ਨੂੰ ਇਹ ਸ਼ੌਂਕ ਸੀ, ਉਹਨਾਂ ਨੇ ਕਿਹਾ ਕਿ ਸ਼ੌਂਕ ਦਾ ਮੁੱਲ ਕਦੇ ਵੀ ਨਹੀਂ ਹੁੰਦਾ, ਨਾ ਹੀ ਮੈਂ ਕਦੀ ਇਹਦਾ ਮੁੱਲ ਪਾਉਣਾ, ਨਾ ਹੀ ਮੈਂ ਇਹਨਾਂ ਚੀਜ਼ਾਂ ਨੂੰ ਕਦੀ ਦੇਣਾ ਕਿਸੇ ਨੂੰ, ਕਿਉਂਕਿ ਇਹਨਾਂ ਨੇ ਇਹਨਾਂ ਚੀਜ਼ਾਂ ਨੂੰ ਆਪਣੀ ਜਿੰਦ ਜਾਨ ਬਣਾਇਆ ਹੋਇਆ। ਔਰ ਸਾਡੇ ਦਰਸ਼ਕਾਂ ਨੂੰ ਦਿਖਾ ਦਈਏ ਕਿ ਇਹ ਰੈੱਡ ਕੱਪੜੇ ਦੇ ਵਿੱਚ ਲਪੇਟੀ ਹੋਈ ਚੀਜ਼ ਮੈਨੂੰ ਤਾਂ ਸ਼ਾਇਦ ਗਾਗਰ ਲੱਗ ਰਹੀ ਹੈ, ਬਾਕੀ ਸੁਰਿੰਦਰ ਜੀ ਹੁਣੀ ਦੱਸਣਗੇ ਕਿ ਇਹ ਕੀ ਚੀਜ਼ ਹੈ। ਇਹ ਵਾਟਰ ਕੂਲਰ ਹੈ ਜੀ, ਜਿਸ ਦੇ ਵਿੱਚ ਪਾਣੀ ਅਲੱਗ ਪੈਂਦਾ ਜੀ, ਉੱਪਰ ਦੀ ਇੱਧਰ ਦੀ ਬਰਫ਼ ਵੱਖਰੀ ਪੈਂਦੀ ਜੀ, ਔਰ ਬਰਫ਼ ਦੀ ਤਸੀਰ ਨਾਲ ਹੀ ਪਾਣੀ ਠੰਡਾ ਰਹਿੰਦਾ। ਅੱਗੇ ਇਹਦੇ ਇੱਕ ਟੈਪ ਲੱਗੀ ਹੈ ਜੀ, ਟੂਟੀ ਜੀ, ਪਾਣੀ ਇਹਦੇ ਵਿੱਚ ਦੀ ਬਾਹਰ ਆਉਂਦਾ ਜੀ, ਔਰ ਪਾਣੀ ਠੰਡਾ ਰਹਿੰਦਾ ਜੀ ਇਹਦੇ ਵਿੱਚ। ਠੀਕ ਹੈ, ਤੇ ਸੁਰਿੰਦਰ ਜੀ ਇਹ ਵੱਖਰੇ ਵੱਖਰੇ ਇਹਨਾਂ ਦੇ ਦੋ ਜੀ, ਆਹ ਦੇਖੋ ਜੀ ਇਹਦੇ ਵਿੱਚ
ਇੱਥੋਂ ਦੀ ਬਰਫ਼ ਪੈਂਦੀ ਹੈ ਜੀ। ਇੱਧਰ ਦੀ ਪਾਣੀ ਪੈਂਦਾ ਜੀ। ਔਰ ਇਹਨਾਂ ਚੀਜ਼ਾਂ ਦੇ ਵਿੱਚ ਜਦੋਂ ਆਪਾਂ ਖਾਣ ਪੀਣ ਦੀਆਂ ਵਰਤੋਂ ਦੀਆਂ ਚੀਜ਼ਾਂ ਰੱਖਦੇ ਤਾਂ ਮੈਨੂੰ ਲੱਗਦਾ ਉਹਨਾਂ ਦਾ ਸਵਾਦ ਵੀ ਜਿਹੜਾ ਬਹੁਤ ਮਿੱਠਾ ਰਹਿੰਦਾ, ਕਿਉਂਕਿ ਸਾਡੇ ਸੱਭਿਆਚਾਰ ਨਾਲ ਜੁੜੀਆਂ ਹੋਈਆਂ ਚੀਜ਼ਾਂ। ਔਰ ਦੇਖ ਕੇ ਜੇ ਸਾਨੂੰ ਖੁਸ਼ੀ ਮਿਲਦੀ ਹੈ ਤਾਂ ਇਹਨਾਂ ਚੀਜ਼ਾਂ ਦੇ ਵਿੱਚ ਜਦੋਂ ਅਸੀਂ ਪਾਣੀ ਪਾਉਂਦੇ ਹਾਂ ਜਾਂ ਉਹਨਾਂ ਭਾਂਡਿਆਂ ਦੇ ਵਿੱਚ ਅਸੀਂ ਖਾਣ ਦਾ ਕੁਛ ਚੀਜ਼ ਪਰੋਸਦੇ ਹਾਂ ਤਾਂ ਉਹਨਾਂ ਦਾ ਸਵਾਦ ਵਾਕਈ ਬਹੁਤ ਵਧੀਆ ਹੁੰਦਾ। ਇਸੇ ਕਰਕੇ ਪੁਰਾਣੇ ਬਜ਼ੁਰਗ ਕਹਿੰਦੇ ਨੇ ਕਿ ਪੁਰਾਤਨ ਚੀਜ਼ਾਂ ਨੂੰ ਸਾਂਭ ਕੇ ਰੱਖਣਾ ਚਾਹੀਦਾ। ਗੱਲ ਕਰਦੇ ਹਾਂ ਇੱਕ ਛੋਟੀ ਜਿਹੀ ਘੜੀ ਹੈ ਪਰ ਮੈਨੂੰ ਲੱਗਦਾ ਕਿ ਬਹੁਤ ਹੀ ਅਨਮੋਲ ਹੋਵੇਗੀ। ਔਰ ਅਨਮੋਲ ਕਿਸ ਤਰ੍ਹਾਂ ਹੋਵੇਗੀ ਇਹ ਮੈਂ ਨਹੀਂ ਦੱਸਣਾ, ਇਹ ਦੱਸਣਗੇ ਸੁਰਿੰਦਰ ਜੀ ਹੁਣੀ। ਔਰ ਦਰਸ਼ਕ ਸਾਡੇ ਦੇਖ ਸਕਦੇ ਨੇ ਇਸ ਅਨਮੋਲ ਘੜੀ ਨੂੰ। ਛੋਟੀ ਜਿਹੀ ਚੀਜ਼ ਹੈ ਪਰ ਕੀਮਤ ਔਰ ਸ਼ੌਂਕ ਜਿਹੜਾ ਉਹ ਬਹੁਤ ਵੱਡਾ ਹੈ। ਸੁਰਿੰਦਰ ਜੀ ਇਹ ਤੁਹਾਨੂੰ ਕਿਸੇ ਨੇ ਗਿਫਟ ਕੀਤੀ ਹੋਈ ਹੈ? ਨਹੀਂ ਜੀ, ਇਹ ਮੈਂ ਕਿਤੇ ਬਾਹਰ ਗਿਆ ਸੀ ਜੀ, ਮੈਨੂੰ ਉੱਥੋਂ ਮਿਲੀ ਸੀ ਇਹ। ਇਹ ਰੋਮਰ ਦੀ ਘੜੀ ਹੈ ਜੀ, ਚਾਬੀ ਵਾਲੀ ਘੜੀ ਹੈ, ਜੋ ਕਿ ਚਾਬੀ ਵਾਲੀ ਅੱਜ ਵੇਖਣ ਨੂੰ ਨਹੀਂ ਮਿਲਦੀ ਚਾਬੀ ਵਾਲੀ ਘੜੀ ਜੀ। ਆਮ ਤੁਹਾਨੂੰ ਕੁਆਰਸ ਘੜੀਆਂ ਮਿਲ ਜਾਣਗੀਆਂ, ਸੈੱਲ ਵਾਲੀਆਂ ਮਿਲ ਜਾਣਗੀਆਂ। ਇਹ ਹੈਗੀ ਜੀ ਪੋਕਟ ਵਾਚ, ਇਹਨੂੰ ਕਹਿੰਦੇ ਸੀਗੇ ਪਹਿਲੇ ਵੇਲੇ 'ਚ ਬਜ਼ੁਰਗ ਆਪਣੇ ਇਸ ਨੂੰ ਚਾਬੀ ਭਰ ਕੇ ਔਰ ਆਪਣੀ ਜੇਬ 'ਚ ਟਾਈਮ ਦੀ ਵਰਤੋਂ ਕਰਨ ਵਾਸਤੇ ਵੇਖਣ ਵਾਸਤੇ ਰੱਖਦੇ ਸੀਗੇ। ਹੁਣ ਮੈਨੂੰ ਲੱਗਦਾ ਕਿ ਬਹੁਤੇ ਲੋਕਾਂ ਨੇ ਇਹ ਚੀਜ਼ਾਂ ਜਿਹੜੀਆਂ ਫਿਲਮਾਂ ਦੇ ਵਿੱਚ ਹੀ ਦੇਖੀਆਂ ਹੋਈਆਂ, ਕਿਉਂਕਿ ਫਿਲਮਾਂ ਦੇ ਵਿੱਚ ਇਹ ਚੀਜ਼ਾਂ ਨੂੰ ਦਿਖਾਇਆ ਜਾਂਦਾ। ਅਲੀਟ ਕਲਾਸ ਦੇ ਲੋਕ ਹੁੰਦੇ ਆ, ਅਮੀਰ ਘਰ, ਅਮੀਰ ਲੋਕ ਬਣੇ ਹੋਏ, ਔਰ ਉਹ ਸਾਰੀਆਂ ਚੀਜ਼ਾਂ ਰੱਖੀਆਂ ਹੋਈਆਂ ਜਿਹੜੀਆਂ ਸ਼ਾਇਦ ਹੁਣ ਸਾਨੂੰ ਦੇਖਣ ਨੂੰ ਕਿਧਰੇ ਵੀ ਨਹੀਂ ਮਿਲਦੀਆਂ। ਔਰ ਅਗਲੀ ਚੀਜ਼ ਤੁਹਾਨੂੰ ਦਿਖਾਉਂਦੇ ਹਾਂ, ਲਾਈਟ ਹੈ। ਕਿੱਦਾਂ ਦੀ ਲਾਈਟ ਹੈ, ਕਿੱਥੇ ਲੱਗਦੀ ਹੈ? ਇਹਨੂੰ ਸਾਈਕਲ ਲਾਈਟ ਕਹਿੰਦੇ ਆ ਜੀ। ਇਹ ਅੰਗਰੇਜ਼ਾਂ ਦੇ ਟਾਈਮ ਦੀ ਹੈ, ਉੱਤੇ ਅੰਗਰੇਜ਼ਾਂ ਦਾ ਹੋਲੋਗ੍ਰਾਮ ਬਣਿਆ ਹੋਇਆ ਜੀ। ਇਹ ਮਿੱਟੀ ਦੇ ਤੇਲ ਨਾਲ ਮਤਲਬ ਚੱਲਦੀ ਸੀਗੀ ਜੀ, ਔਰ ਰਾਤ ਨੂੰ 2-3 ਕਿਲੋਮੀਟਰ ਤੋਂ ਦੂਰ ਜਦੋਂ ਕੋਈ ਸਾਈਕਲ ਵਾਲਾ ਆਉਂਦਾ ਸੀ ਉਦੋਂ ਪਤਾ ਲੱਗਦਾ ਸੀ ਕੋਈ ਚੀਜ਼ ਆ ਰਹੀ ਹੈ ਸਾਈਕਲ ਵਾਲਾ। ਔਰ ਇਹਦੀ ਲਾਈਟ ਇੰਨੀ ਹੁੰਦੀ ਸੀ ਕਿ 1.5-2 ਕਿੱਲੇ ਤੱਕ ਬੰਦੇ ਨੂੰ ਆਮ ਦਿਸ ਪੈਂਦਾ ਸੀਗਾ ਕਿ ਵੀ ਅੱਗੇ ਜਾ ਰਹੇ ਆ। ਰਿਫਲੈਕਸ਼ਨ ਬਹੁਤ ਵਧੀਆ ਸੀ ਇਹਦੀ ਜੀ। ਤੇ ਸੁਰਿੰਦਰ ਜੀ ਹੁਣ ਤਾਂ ਇਹਨਾਂ ਚੀਜ਼ਾਂ ਦੇ ਸ਼ੌਂਕ ਜਿਹੜੇ ਨੇ ਉਹ ਮਰ ਮੁੱਕ ਗਏ ਨੇ। ਘੜਾ ਲੈ ਕੇ ਜਾਂਦੀਆਂ ਹੁੰਦੀਆਂ ਸੀ ਸਵਾਣੀਆਂ ਜਦੋਂ ਖੂਹ ਤੇ ਬੰਬੀ ਤੇ ਪਾਣੀ ਭਰਨ ਜਾਣਾ ਤੇ ਢਾਕ ਤੇ ਰੱਖਦੀਆਂ ਹੁੰਦੀਆਂ ਸੀ। ਇਹ ਗਾਗਰ ਹੈ, ਹਾਂਜੀ, ਇਹ ਤੁਹਾਨੂੰ ਕਿੱਥੋਂ ਮਿਲੀ ਹੈ? ਕਿਉਂਕਿ ਇਹਦੇ ਤੇ ਵੀ ਕਾਫੀ ਕੁਛ ਉਕੇਰਿਆ ਹੋਇਆ, ਡਿਜ਼ਾਈਨ ਬਹੁਤ ਵਧੀਆ ਹੈ। ਇਹਨੂੰ ਰੱਸਾ ਵਾਲ ਗਾਗਰ ਕਹਿੰਦੇ ਆ ਜੀ। ਇਹਦੇ ਉੱਪਰ ਦੇਖੋ ਆ ਚੰਦ ਤਾਰਾ ਬਣਿਆ ਜੀ, ਮੁਗਲ ਕਾਲ ਵੇਲੇ ਦੀ ਗਾਗਰ ਹੈ ਜੀ। ਜੀ ਇਹ ਤੁਹਾਨੂੰ ਕਿੱਦਾਂ ਪਤਾ ਲੱਗਾ ਕਿ ਇਹ ਮੁਗਲ ਕਾਲ ਵੇਲੇ ਦੀ ਗਾਗਰ ਹੈ? ਦੇਖੋ ਜਦੋਂ ਅਸੀਂ ਕਿਸੇ ਮੀਟਿੰਗ ਤੇ ਜਾਂ ਸਾਡੇ ਕੋਲ ਕੋਈ ਉਹੋ ਜਿਹੇ ਸਾਡੇ ਵਰਗੇ ਕੋਈ ਸੱਜਣ ਆਉਂਦੇ, ਸਾਨੂੰ ਉਹ ਦੱਸਦੇ ਆ ਕਿ ਵੀ ਇਹ ਇੰਨਾ ਪੁਰਾਣੀ ਪੀਰੀਅਡ ਦੀ ਇਹ ਚੀਜ਼ ਹੈਗੀ ਹੈ ਜੀ। ਠੀਕ ਹੈ ਜੀ, ਮਤਲਬ ਤੁਸੀਂ ਸਾਨੂੰ ਪਹਿਲੇ ਵੀ ਰਿਕਾਰਡਿੰਗ ਤੋਂ ਪਹਿਲੇ ਦੱਸ ਚੁੱਕੇ ਸੀਗੇ ਕਿ ਇੱਥੇ ਕੁਝ ਉਕਰਿਆ ਹੋਇਆ ਔਰ ਚੰਦ ਤਾਰਾ ਬਣਿਆ ਹੋਇਆ ਜੀ। ਠੀਕ ਹੈ ਜੀ, ਹਾਂਜੀ, ਵਾਕਈ ਸਾਡੇ ਦਰਸ਼ਕ ਦੇਖ ਸਕਦੇ ਨੇ ਕਿ ਇੱਥੇ ਫੁੱਲਾਂ ਦੇ ਡਿਜ਼ਾਈਨ ਦੇ ਨਾਲ ਚੰਦ ਔਰ ਤਾਰਾ ਜਿਹੜਾ ਉਕੇਰਿਆ ਹੋਇਆ, ਔਰ ਕਿਸੇ ਉਰਦੂ ਭਾਸ਼ਾ ਦੇ ਵਿੱਚ ਜਾਂ ਅਰਬੀ ਭਾਸ਼ਾ ਦੇ ਵਿੱਚ ਇੱਥੇ ਕੁਝ ਲਿਖਿਆ ਵੀ ਹੋਇਆ ਹੈ ਪਰ ਸਾਨੂੰ ਸਮਝ ਲਿਖਿਆ ਹੋਇਆ ਜੀ। ਇਹ ਕਿਸੇ ਦਾ ਨਾਮ ਖੁਦਿਆ ਹੋਇਆ ਜੀ ਪੁਰਾਣਾ, ਜੋ ਕਿ ਜਿਹਨੇ ਬਾਅਦ ਵਿੱਚ ਕਿਸੇ ਨੂੰ ਸੇਲ ਕਰ ਦਿੱਤੀ ਔਰ ਘੁੰਮ ਘੁਮਾਉਂਦੀ ਉਹ ਕਬਾੜ ਦੇ ਵਿੱਚ ਚਲੇ ਗਈ ਔਰ ਲੱਕੀਲੀ ਸੁਰਿੰਦਰ ਜੀ ਹੁਣਾਂ ਨੂੰ ਲੱਭ ਗਈ ਜੀ। ਤੇ ਗਰਮੀ ਦੇ ਵਿੱਚ ਪੱਖੀ ਦੀ ਗੱਲ ਕਰ ਰਹੇ ਸੀ, ਪੱਖੀ ਬਹੁਤ ਤਰ੍ਹਾਂ ਦੀ ਦੇਖੀ ਹੈ। ਇਹ ਚਾਂਦੀ ਦੀ ਪੱਖੀ ਹੈ ਜਿੱਤੇ ਘੁੰਗਰੂ ਲੱਗੇ ਹੋਏ, ਹਾਂਜੀ, ਉੱਤੇ ਆ ਦੇਖੋ ਤੁਸੀਂ ਘੁੰਗਰੂ ਵੀ ਲੱਗੇ ਔਰ ਮੋਰ ਵੀ ਬਣਿਆ ਹੋਇਆ ਜੀ ਉੱਪਰ, ਮੋਰ ਦੇ ਮੂੰਹ ਦੇ ਵਿੱਚ ਵੀ ਮੋਰ ਲੱਗੇ ਹੋਏ ਨੇ। ਔਰ ਇਹ ਆਪਣੇ ਸ਼ੌਂਕ ਵਾਸਤੇ ਮਤਲਬ ਦੇਖੋ ਤੁਸੀਂ ਹਵਾ ਵੀ ਦਿੰਦੀ ਹੈ ਪੱਖੀ ਇਹ, ਤੇ ਮੈਡਮ ਨੇ ਕਦੀ ਲਾਈਟ ਗਈ ਹੋਵੇ ਤੇ ਚੱਲੀ ਵੀ ਹੈ ਕਦੀ ਇਦਾਂ ਦਾ? ਅੱਜ ਕੱਲ੍ਹ ਦੇਖੋ ਜੀ ਹੁਣ ਤਾਂ ਸਮਝ ਹੀ ਰਿਹਾ ਕਿ ਵੀ ਜਿਹੜਾ ਲਾਈਟ ਜਾਵੇ ਇਨਵਰਟਰ ਆ ਗਏ ਹੈ, ਲੋਕਾਂ ਨੇ ਸ਼ੌਂਕ ਵੱਖਰੇ ਰੱਖ ਲਏ। ਪਰ ਇਹ ਸ਼ੌਂਕ ਜਿਹੜੇ ਸੀ ਪਹਿਲੇ ਜਿਹੜੇ ਸੀ ਇਹਨਾਂ ਦਾ ਵੀ ਕੋਈ ਮਕਸਦ ਸੀਗਾ ਔਰ ਇਸੇ ਨਾਲ ਹੀ ਲੋਕ ਸਫ਼ਰ ਕਰ ਲੈਂਦੇ ਸੀਗੇ। ਬਿਲਕੁਲ ਜੀ, ਵਾਕਈ ਬਹੁਤ ਸੋਹਣੀ ਪੱਖੀ ਹੈ, ਦਿਲ ਕਰਦਾ ਕਿ ਇੱਦਾਂ ਦੀ ਚੀਜ਼ਾਂ ਹੁਣ ਕਿਤੇ ਲੱਭਣ ਤੇ ਬੰਦਾ ਕਿੰਨੀ ਵੀ ਕੀਮਤ ਤੇ ਇਹਨਾਂ ਚੀਜ਼ਾਂ ਨੂੰ ਖਰੀਦ ਲਵੇ, ਪਰ ਇਹ ਚੀਜ਼ਾਂ ਜਿਹੜੀਆਂ ਹੁਣ ਦੇ ਸਮੇਂ ਦੇ ਵਿੱਚ ਨਹੀਂ ਲੱਭਦੀਆਂ, ਲੱਭਦੀਆਂ ਉੱਥੋਂ ਜਿੱਥੇ ਅਸੀਂ ਸੋਚ ਵੀ ਨਹੀਂ ਸਕਦੇ। ਤੇ ਹੁਣ ਆਪਾਂ ਗੱਲ ਕਰਦੇ ਹਾਂ, ਰਿਕਾਰਡਸ ਪਏ ਹੋਏ ਨੇ, ਤੁਹਾਨੂੰ ਇਹ ਵੀ ਸ਼ੌਂਕ ਹੈ ਹੁਣ ਦੇ ਜ਼ਮਾਨੇ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਮਤਲਬ ਅਲੋਪ ਹੁੰਦਿਆਂ ਤਾਂ ਅਸੀਂ ਦੇਖ ਰਹੇ ਨੇ ਉਹ ਰਿਕਾਰਡ ਜਿਹੜੇ ਪੱਥਰ ਦੇ ਹੁੰਦੇ ਨੇ, ਇਹ ਰਿਕਾਰਡ ਪੱਥਰ ਦੇ ਨੇ? ਨਹੀਂ ਜੀ, ਇਹ ਪਲਾਸਟਿਕ ਦੇ ਆ, ਪੱਥਰ ਦੇ ਰਿਕਾਰਡ ਤੁਹਾਡੇ ਪਿਛਲੇ ਪਾਸੇ ਗ੍ਰਾਮੋਫੋਨ ਪਿਆ ਜੀ, ਉਹ ਵੀ ਤੁਹਾਨੂੰ ਦਿਖਾਵਾਂਗੇ ਚਲਾ ਕੇ ਜੀ। ਔਰ ਉਹ ਰਿਕਾਰਡ ਜਿਹੜੇ ਪੱਥਰ ਦੇ ਹੁੰਦੇ ਸੀਗੇ ਡਿੱਗਣ ਨਾਲ ਟੁੱਟ ਜਾਂਦੇ ਸੀ, ਇਹ ਪਲਾਸਟਿਕ ਦੇ ਰਿਕਾਰਡ ਹੈ ਜੀ। ਇਹਨਾਂ ਦੀਆਂ ਮਸ਼ੀਨਾਂ ਅਲੱਗ ਹੁੰਦੀਆਂ ਸੀਗੀਆਂ, ਉਹਦੀ ਮਸ਼ੀਨ ਅਲੱਗ ਹੈ ਜੀ ਪੱਥਰ ਦੇ ਰਿਕਾਰਡ ਦੀ। ਇਹ ਚੱਲਦੇ ਨੇ ਸਾਰੇ? ਹਾਂਜੀ, ਸਾਰੇ ਚਾਲੂ ਹਾਲਤ ਹੈ ਜੀ, ਮੇਰੇ ਕੋਲ ਜੋ ਵੀ ਸਮਾਨ ਹੈ ਸਾਫ਼ ਸੁਥਰਾ ਅਤੇ ਚਾਲੂ ਹਾਲਤ ਦੇ ਵਿੱਚ ਹੈ ਜਿਹੜਾ। ਇਹ ਸਾਰੇ ਪੰਜਾਬੀ ਗੀਤ ਨੇ, ਹਿੰਦੀ ਨੇ ਜਾਂ ਮਿਕਸ ਨੇ? ਨਹੀਂ, ਹਿੰਦੀ ਹੈ ਜੀ ਸਾਰੇ ਗੀਤ, ਇਹ ਪੰਜਾਬੀ ਵੱਖਰੇ ਹੈ ਜੀ, ਉਹ ਮੇਰੇ ਕੋਲ ਪੱਥਰ ਦੇ ਰਿਕਾਰਡਾਂ ਦੇ ਵਿੱਚ ਹੈਗੇ।
ਪਲਾਸਟਿਕ ਦੇ ਜਿਹੜੇ ਵੱਡੇ ਰਿਕਾਰਡ ਐਲਪੀ ਰਿਕਾਰਡ ਜਿਨ੍ਹਾਂ ਨੂੰ ਕਹਿੰਦੇ ਉਹਨਾਂ ਦੇ ਵਿੱਚ ਪੰਜਾਬੀ ਰਿਕਾਰਡ ਵੀ ਹੈ। ਤੇ ਸੁਰਿੰਦਰ ਜੀ ਇਹਨਾਂ ਦੀ ਕੀਮਤ ਵੀ ਹੁਣ ਦੇ ਸਮੇਂ ਦੇ ਵਿੱਚ ਬਹੁਤ ਹੋਊਗੀ ਕਿਉਂਕਿ ਆਮ ਤੇ ਮਿਲਦੇ ਹੀ ਨਹੀਂ ਹੈ। ਮਿਲਦੇ ਤਾਂ ਨਹੀਂ ਹੈ ਜੀ, ਪਰ ਮੈਂ ਇਹਨਾਂ ਦੀ ਕੀਮਤ ਕਦੀ ਉਡੀਕੀ ਨਹੀਂ। ਜਦੋਂ ਤੁਸੀਂ ਲੈਣ ਜਾਂਦੇ ਹੋ ਉਦੋਂ ਤਾਂ ਕੁਛ ਨਾ ਕੁਛ ਉਹਨਾਂ ਨੂੰ ਪੇ ਕਰਕੇ ਹੀ ਦੇਣ ਵਾਲੇ, ਕਈ ਵਾਰੀ ਸਾਨੂੰ ਉਦਾਂ ਵੀ ਦੇ ਦਿੰਦੇ ਆ ਜੀ, ਤੇ ਕਈ ਵਾਰੀ ਸਾਨੂੰ ਚੀਜ਼ ਇਹੋ ਜਿਹੀ ਮਹਿੰਗੀ ਮਿਲਦੀ ਕਿ ਸਾਡੀ ਪਹੁੰਚ ਤੋਂ ਵੀ ਬਾਹਰ ਹੁੰਦੀ ਹੈ, ਫਿਰ ਅਸੀਂ ਉਹਨੂੰ ਸਾਂਭ ਲਈਦਾ, ਚਲੋ ਵੀ ਨਾ ਹੀ ਵੇਸਟ ਜਾਵੇ ਤੇ ਚੰਗੀ ਗੱਲ ਹੈ ਜੀ। ਪਿੰਦਰ ਜੀ ਇਹ ਬੋਤਲ ਪਈ ਹੋਈ ਹੈ, ਬੜੀ ਸੋਹਣੀ ਲੱਗਦੀ ਹੈ ਤੇ ਵੀ ਕਾਫੀ ਫੁੱਲ ਘੇਰੇ ਹੋਏ ਨੇ, ਬਹੁਤ ਜ਼ਿਆਦਾ ਮੀਨਾਕਾਰੀ ਕੀਤੀ ਹੋਈ ਹੈ ਇਹਦੇ ਤੇ ਵੀ। ਇਹ ਬੋਤਲ ਦੇ ਵਿੱਚ ਪੂਰੀ ਬੋਤਲ ਪੈ ਜਾਂਦੀ ਹੈ ਜੀ, ਪਾਣੀ ਵਾਲੀ ਬੋਤਲ ਹੈ। ਹਾਂਜੀ, ਪਾਣੀ ਵਾਲੀ ਬੋਤਲ ਦਾ ਕਵਰ ਕਹਿ ਸਕਦੇ ਆ, ਜਾਂ ਮਤਲਬ ਅੱਗੇ ਕੱਚ ਦੀਆਂ ਬੋਤਲਾਂ ਹੁੰਦੀਆਂ ਸੀ, ਟੁੱਟਣ ਤੋਂ ਬਚਾਉਣ ਵਾਸਤੇ ਇਹ ਬੋਤਲ ਦਾ ਮਤਲਬ ਵਰਤੋਂ ਕੀਤੀ ਹੈ। ਕਵਰ ਬਣਾਇਆ ਹੋਇਆ। ਹਾਂਜੀ, ਦੂਸਰੀ ਬੋਤਲ ਇਹਦੇ ਵਿੱਚ ਪਾ ਮੈਂ ਰਣਦੀਪ ਕੌਰ ਔਰ ਸੁਰਿੰਦਰ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਨਮਸਕਾਰ, ਸਤਿ ਸ਼੍ਰੀ ਅਕਾਲ।